सिद्धू मूसेवाले नूं स्टार बनने तो बाद ही पूरी दुनिया जानन लगी है। तो उदों तो ही आपां ने देखिया है कि सिद्धू मूसेवाला अगर मिट्टी भी चकदा है मिट्टी नूं सोना कर दिंदा है, किस्मत दा धनी समझा जांदा है सिद्धू मूसेवाले नूं। हुण अगर किस्मत की गल करिए, सिद्धू मूसेवाला जिवें कि मानसा तो हार गए, पर हारन दे थोड़े दिनों बाद ही उत्थे दे जित्ते हुए MLA ते कैबिनेट मंत्री विजय सिंगला एक वड्डी मुसीबत दे विच फस गए अते उह सिद्धू मूसेवाले नूं नीचा दिखाउणा चाहुंदे सी। पता नहीं रब ने ऐसी किहड़ी खेड खेड दित्ती कि सिद्धू नूं नीचा ਦਿਖਾਉਣ ਵਾਲੇ ਵਿਜੇ ਸਿੰਗਲਾ ਹੁਣ ਖੁਦ ਇੰਨਾ ਨੀਚੇ ਗਿਰ ਗਏ ਕਿ ਸਾਰੀ ਉਮਰ ਉਹਨਾਂ ਤੋਂ ਨਜ਼ਰ ਉੱਚੀ ਕਰਕੇ ਜੀਆ ਨਹੀਂ ਜਾਣਾ। ਸਤਿ ਸ਼੍ਰੀ ਅਕਾਲ, ਮੈਂ ਗੁਰਮੁਖ ਸੰਧੂ ਜੱਟ ਬਾਬੇ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜ ਚੁੱਕੇ। ਹੁਣ ਆਪਾਂ ਆਉਂਦੇ ਹਾਂ ਮਿਊਜ਼ਿਕ ਇੰਡਸਟਰੀ ਦੇ ਉੱਪਰ। ਸਿੱਧੂ ਮੂਸੇਵਾਲਾ ਦਾ ਜਦੋਂ ਵੀ ਕੋਈ ਨਵਾਂ ਗੀਤ ਆਉਂਦਾ ਹੈ ਤਾਂ ਸਿੱਧੂ ਮੂਸੇਵਾਲਾ ਉਸ ਗੀਤ ਦੇ ਵਿੱਚ ਕਈ ਰਿਪਲਾਈ ਕਰ ਦਿੰਦਾ ਹੈ ਜਿਹੜੇ ਕਿ ਕਈ ਦਿਨਾਂ ਤੱਕ ਸੋਸ਼ਲ ਮੀਡੀਆ ਦੇ ਉੱਪਰ ਸੁਰਖੀਆਂ ਦੇ ਵਿੱਚ ਰਹਿੰਦੇ ਨੇ। ਹੁਣ ਸਿੱਧੂ ਦਾ ਨਵਾਂ ਗੀਤ ਆਇਆ, ਨਵੇਂ ਗੀਤ ਦੇ ਵਿੱਚ ਵੀ ਸਿੱਧੂ ਮੂਸੇਵਾਲੇ ਨੇ ਕਈ ਠੋਕਵੇਂ ਰਿਪਲਾਈ ਕੀਤੇ ਨੇ। ਇੱਥੇ ਅਗਰ ਆਪਾਂ ਗੱਲ ਕਰਦੇ ਹਾਂ, ਪਹਿਲਾਂ ਰਿਪਲਾਈ ਕਰਨ ਔਜਲੇ ਨੂੰ ਕੀਤਾ ਗਿਆ, ਪ੍ਰੇਮ ਢਿੱਲ ਨੂੰ ਕੀਤਾ ਗਿਆ, ਨਸੀਬ ਨੂੰ ਕੀਤਾ ਗਿਆ। ਨਸੀਬ ਨੂੰ ਰਿਪਲਾਈ ਕੀਤਾ ਹੈ ਗੀਤ ਦੇ ਵਿੱਚ। ਨਸੀਬ ਨੇ ਆਪਣੇ ਇੱਕ ਗੀਤ ਦੇ ਵਿੱਚ ਪਹਿਲਾਂ ਕਿਹਾ ਸੀ ਕਿ ਕਿੱਥੇ ਨੋਟ ਮੇਰੇ ਬਸ ਦੇ, ਬੈਂਕਾਂ 'ਚ ਲੁਕੋਲੇ ਜਾ ਤੂੰ ਕੋਠੀ ਉੱਤੇ ਖਰਚ ਤੇ। ਹੁਣ ਇਸੇ ਦਾ ਜਵਾਬ ਸਿੱਧੂ ਨੇ ਕੁਝ ਇਸ ਲੈਣ ਦੇ ਨਾਲ ਦਿੱਤਾ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਪ੍ਰੇਮ ਢਿੱਲੋਂ ਦੀ, ਜਿਵੇਂ ਕਿ ਮਾਝਾ ਬਲੌਕ ਪ੍ਰੇਮ ਢਿੱਲੋਂ ਦਾ ਗੀਤ ਆਇਆ ਅਤੇ ਪ੍ਰੇਮ ਢਿੱਲੋਂ ਦੇ ਨਾਲ ਸਿੱਧੂ ਮੂਸੇਵਾਲੇ ਦੇ ਰਿਸ਼ਤੇ ਕੁਝ ਜ਼ਿਆਦਾ ਵਧੀਆ ਨਹੀਂ ਅਤੇ ਇਸ ਲੈਣ ਦੇ ਨਾਲ ਪ੍ਰੇਮ ਨੂੰ ਜਵਾਬ ਦਿੱਤਾ ਹੈ। ਹੁਣ ਅਗਰ ਦੋਸਤੋ ਆਪਾਂ ਗੱਲ ਕਰਦੇ ਹਾਂ ਕਰਨ ਔਜਲਾ ਸਾਹਿਬ ਦੀ, ਕਰਨ ਔਜਲਾ ਨੂੰ ਵੀ ਇਸ ਗੀਤ ਦੇ ਵਿੱਚ ਜਵਾਬ ਦਿੱਤਾ ਹੈ। ਇਹ ਲੈਣ ਉਹਨਾਂ ਦੇ ਹੁਕਮ ਗੀਤ ਵਾਸਤੇ ਸਿੱਧੂ ਨੇ ਆਪਣੇ ਗੀਤ ਦੇ ਵਿੱਚ ਲਿਖੀ ਹੈ। ਜਿਵੇਂ ਕਿ ਤੁਸੀਂ ਸਾਰੇ ਰਿਪਲਾਈ ਸੁਣੇ ਅਤੇ ਇਸ ਤੋਂ ਬਾਅਦ ਨਸੀਬ ਨੇ ਵੀ ਸਿੱਧੂ ਮੂਸੇਵਾਲੇ ਨੂੰ ਹੁਣੇ ਹੁਣੇ ਰਿਪਲਾਈ ਕਰ ਦਿੱਤਾ ਹੈ। ਕੁਛ ਸਮਾਂ ਪਹਿਲਾਂ ਸਿੱਧੂ ਮੂਸੇਵਾਲੇ ਦੀਆਂ ਫੋਟੋਆਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈਆਂ ਸੀ। ਖੈਰ, ਕਿਹਾ ਗਿਆ ਕਿ ਇਹ ਫੋਟੋਆਂ ਨਕਲੀ ਨੇ। ਵਿਆਹ ਦੀਆਂ ਫੋਟੋਆਂ ਸੀ ਅਤੇ ਇਹਨਾਂ ਫੋਟੋਆਂ ਦੇ ਵਿੱਚ ਸਿੱਧੂ ਦੀ PR ਨੂੰ ਲੈ ਕੇ ਕੁਝ ਖਟਾਸ ਕੀਤੀ ਹੈ ਨਸੀਬ ਨੇ। ਅਤੇ ਹੋਰ ਵੀ ਨਸੀਬ ਨੇ ਇਹਨਾਂ ਦੇ ਵਿੱਚ ਕਾਫੀ ਵੱਡੇ ਰਿਪਲਾਈ ਕਰ ਦਿੱਤੇ ਨੇ, ਜਿਵੇਂ ਕਿ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਨਸੀਬ ਨੇ ਸਿੱਧੂ ਮੂਸੇਵਾਲੇ ਨੂੰ। ਤਾਂ ਇੱਕ ਵੱਡਾ ਵਿਵਾਦ ਖੜਾ ਕਰ ਗਿਆ ਸਿੱਧੂ ਮੂਸੇਵਾਲੇ ਦਾ ਇਹ ਨਵਾਂ ਗੀਤ ਵੀ। ਬਾਕੀ ਦੇਖਦੇ ਹਾਂ ਕਰਨ ਔਜਲਾ ਜਾਂ ਪ੍ਰੇਮ ਢਿੱਲੋਂ ਕੀ ਉਹ ਵੀ ਰਿਪਲਾਈ ਕਰਦੇ ਨੇ ਜਾਂ ਫਿਰ ਨਹੀਂ। ਇਹ ਸੀ ਇਸ ਸਮੇਂ ਦੀ ਇੱਕ ਅਪਡੇਟ। ਧੰਨਵਾਦ, ਰੱਬ ਰੱਖਾ।